ਸਵਾਗਤ ਹੈ ਤੁਹਾਡਾ ਕੈਨੇਡੀਅਨ ਮੀਡੀਆ ਦ ਟੀਵੀ ਐਨਆਰਆਈ ਤੇ। ਪੇਸ਼ ਹਨ ਅੱਜ ਦੀਆਂ ਟੌਪ 5 ਖਬਰਾਂ ਜਿਨ੍ਹਾਂ ਤੇ ਰਹੇਗੀ ਤੁਹਾਡੀ ਨਜ਼ਰ। ਕੈਨੇਡਾ ਦੇ ਮੈਂਟਲ ਹਸਪਤਾਲ ਵਿੱਚੋਂ ਲਗਾਤਾਰ ਭੱਜ ਰਹੇ ਹਨ ਕੈਦੀ, ਹੁਣ ਓਨਟਾਰੀਓ ਸਰਕਾਰ ਦੇਵੇਗੀ ਦਖਲ। ਕੈਨੇਡਾ ਦੇ CAMH ਵਿੱਚੋਂ ਲਗਾਤਾਰ ਮਰੀਜ਼ਾਂ ਦੇ ਭੱਜਣ ਦਾ ਸਿਲਸਿਲਾ ਜਾਰੀ ਹੈ। ਹੁਣ ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇੰਨੇ ਸਾਰੇ ਮਰੀਜ਼ਾਂ ਦੇ ਭੱਜ ਜਾਣ ਤੋਂ ਬਾਅਦ ਉਹ ਟੋਰਾਂਟੋ ਮਾਨਸਿਕ ਸਿਹਤ ਹਸਪਤਾਲ ਦੀ ਕਾਰਜਵਿਧੀ ਸਮੀਖਿਆ ਵਿੱਚ ਹਿੱਸਾ ਲਵੇਗੀ। ਸਿਹਤ ਮੰਤਰੀ ਕ੍ਰਿਸਟਨ ਐਲਰਟ ਨੇ ਸੂਬੇ ਦੇ ਇੱਕ ਸਰਕਾਰੀ ਸਲਾਹਕਾਰ ਨੂੰ ਨਿਯੁਕਤ ਕਰਨ ਦੀ ਗੱਲ ਕਹੀ ਹੈ, ਜੋ ਕਿ ਸੈਂਟਰ ਫਾਰ ਐਡੂਕੇਸ਼ਨ ਐਂਡ ਮੈਂਟਲ ਹੈਲਥ ਵਿਖੇ ਮਰੀਜ਼ਾਂ ਦੀਆਂ ਸੁਵਿਧਾਵਾਂ ਅਤੇ ਛੁੱਟੀ 'ਤੇ ਮਿਲਣ ਵਾਲੇ ਪਾਸ ਦੇਣ ਵਾਲੇ ਪੈਨਲ ਦੇ ਕੰਮਾਂ ਦਾ ਨਿਰੀਖਣ ਕਰਨਗੇ। ਅਮਰੀਕਾ ਵਿੱਚ ਟੈਕਸਾਸ ਗੋਲੀਬਾਰੀ ਦੇ ਇਲਾਕੇ ਦਾ ਦੌਰਾ ਕਰਨਗੇ ਟਰੰਪ, ਵਿਰੋਧ ਕਰਨ ਪੁੱਜੇ ਹਜ਼ਾਰਾਂ ਲੋਕ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਟੈਕਸਾਸ ਗੋਲੀਬਾਰੀ ਦੇ ਇਲਾਕੇ ਦਾ ਦੌਰਾ ਕਰਨਗੇ। ਪਿਛਲੇ ਦਿਨੀਂ ਟੈਕਸਾਸ ਦੇ ਅਲਪਾਸੋ ਇਲਾਕੇ ਵਿੱਚ ਭਾਰੀ ਗੋਲੀਬਾਰੀ ਹੋਈ ਸੀ, ਜਿਸ ਵਿੱਚ ਇੱਕ ਹਮਲਾਵਰ ਨੇ ਵਾਲਮਾਰਟ ਵਿੱਚ ਦਾਖਲ ਹੋ ਕੇ ਲੋਕਾਂ ਉੱਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ ਸੀ। ਇਸ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਵੱਲੋਂ ਇਸ ਇਲਾਕੇ ਦਾ ਦੌਰਾ ਕਰਨ ਦੀ ਗੱਲ ਕਹੀ ਗਈ ਸੀ, ਜਿਸ ਤੋਂ ਬਾਅਦ ਪ੍ਰਦਰਸ਼ਨ ਕਰਨ ਲਈ ਇੱਥੇ ਹਜ਼ਾਰਾਂ ਲੋਕਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਟਰੰਪ ਦੇ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ। ਅੰਮ੍ਰਿਤਸਰ ਵਿੱਚ ਭਾਰਤ ਪਾਕ ਬਾਰਡਰ 'ਤੇ ਮਿਲਿਆ ਸ਼ੱਕੀ ਅੱਤਵਾਦੀ, ਟ੍ਰੇਨਿੰਗ ਲੈਣ ਲਈ ਜਾ ਰਿਹਾ ਸੀ ਪਾਕਿਸਤਾਨ। ਭਾਰਤ ਪਾਕਿਸਤਾਨ ਸਰਹੱਦ 'ਤੇ ਇੱਕ ਸ਼ੱਕੀ ਅੱਤਵਾਦੀ ਨੂੰ ਮਹਿਲਾ BSF ਟੁਕੜੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਸ਼ੱਕੀ ਵਿਅਕਤੀ UP ਦਾ ਰਹਿਣ ਵਾਲਾ ਦਾਨਿਸ਼ ਅਲੀ ਦੱਸਿਆ ਜਾ ਰਿਹਾ ਹੈ, ਜਿਸ ਕੋਲੋਂ ਕੁਝ ਪਾਕਿਸਤਾਨੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਦਾਨਿਸ਼ ਅਲੀ ਨੇ ਕਬੂਲ ਕੀਤਾ ਕਿ ਉਹ ਜਹਾਦ ਦੀ ਸਿੱਖਿਆ ਲੈਣ ਲਈ ਪਾਕਿਸਤਾਨ ਜਾ ਰਿਹਾ ਸੀ, ਕਿਉਂਕਿ ਉਸਦੇ ਵਿਚਾਰ ਭਾਰਤ ਵਿਰੋਧੀ ਹਨ। ਪੁਲਿਸ ਨੇ ਹੁਣ ਦੋਸ਼ੀ ਕੋਲੋਂ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਭਾਰਤ ਦੀ ਸੀਨੀਅਰ ਮਹਿਲਾ ਨੇਤਾ ਸੁਸ਼ਮਾ ਸਵਰਾਜ ਦਾ ਦੇਹਾਂਤ, ਆਮ ਲੋਕਾਂ ਸਮੇਤ ਨੇਤਾਵਾਂ ਦੇ ਵਿੱਚ ਸ਼ੋਕ। ਭਾਰਤੀ ਰਾਜਨੀਤੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਸੁਸ਼ਮਾ ਸਵਰਾਜ ਦੀ ਮੌਤ ਉੱਤੇ ਭਾਰਤ ਸਮੇਤ ਵਿਦੇਸ਼ ਦੇ ਕਈ ਵੱਡੇ ਨੇਤਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸ਼ਮਾ ਸਵਰਾਜ ਨੂੰ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਸੀ। ਇਸੇ ਕਾਰਨ ਹੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਆਮ ਲੋਕ ਵੀ ਸ਼ੋਕ ਮਨਾ ਰਹੇ ਹਨ। ਜੰਮੂ ਕਸ਼ਮੀਰ ਮਸਲੇ 'ਤੇ ਚੀਨ ਨੇ ਜਿਤਾਇਆ ਵਿਰੋਧ, ਭਾਰਤ ਨੇ ਚੀਨ ਦੇ ਦੋਸ਼ਾਂ ਨੂੰ ਨਕਾਰਿਆ। ਭਾਰਤ ਵੱਲੋਂ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਚੀਨ ਨੇ ਇਸ ਦਾ ਵਿਰੋਧ ਜਿਤਾਇਆ ਹੈ। ਚੀਨ ਨੇ ਲੱਦਾਖ ਨੂੰ ਕੇਂਦਰ ਸ଼ਾਸਿਤ ਪ੍ਰਦੇਸ਼ ਬਣਾਉਣ ਦੇ ਫੈਸਲੇ 'ਤੇ ਵੀ ਇਤਰਾਜ਼ ਜਿਤਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿੰਗ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵੰਡਣ ਅਤੇ ਲੱਦਾਖ ਦੀ ਹੱਦ ਤੈਅ ਕਰਨ ਦੇ ਭਾਰਤ ਦੇ ਫੈਸਲੇ ਨੇ ਚੀਨ ਦੀ ਖੇਤਰੀ ਖੁਦਮੁਖਤਿਆਰੀ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਭਾਰਤ ਨੇ ਚੀਨ ਦੇ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ਅਤੇ ਭਾਰਤ ਇਸ ਉੱਤੇ ਕਿਸੇ ਦੇ ਵੀ ਬਿਆਨ ਨੂੰ ਪਸੰਦ ਨਹੀਂ ਕਰੇਗਾ। ਇਹ ਸਨ ਅੱਜ ਦੀਆਂ ਟੌਪ 5 ਖਬਰਾਂ। ਹੋਰਨਾਂ ਤੇਜ਼ ਤਰਾਰ ਖਬਰਾਂ ਅਤੇ ਬ੍ਰੇਕਿੰਗ ਨਿਊਜ਼ ਲਈ ਬਣੇ ਰਹੋ ਕੈਨੇਡੀਅਨ ਮੀਡੀਆ ਦ ਟੀਵੀ ਐਨਆਰਆਈ ਦੇ ਨਾਲ।